ਪਠਾਨਕੋਟ ਅੱਤਵਾਦੀ ਹਮਲੇ ਮਗਰੋਂ ਚਰਚਾ 'ਚ ਆਏ ਸਾਬਕਾ SP ਸਲਵਿੰਦਰ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਿਹਾ ਗੁਰਦਾਸਪੁਰ ਅਦਾਲਤ ਨੇ ਬਲਾਤਕਾਰ ਦੇ ਕੇਸ 'ਚ ਫੈਸਲਾ ਸੁਣਾਉਂਦਿਆਂ ਸਲਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਲਵਿੰਦਰ 'ਤੇ ਇੱਕ ਮਹਿਲਾ ਦੇ ਨਾਲ ਬਲਾਤਕਾਰ ਦੇ ਇਲਜ਼ਾਮ ਲੱਗੇ ਸਨ। ਅਦਾਲਤ ਵੱਲੋਂ ਸਲਵਿੰਦਰ ਨੂੰ 21 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਉੱਥੇ ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਵਕੀਲ ਭੁਪਿੰਦਰ ਸਿੰਘ ਨੇ ਦੱਸਿਆ ਕਿ SP ਖਿਲਾਫ਼ ਬਲਾਤਕਾਰ ਦਾ ਮਾਮਲਾ 2016 'ਚ ਦਰਜ ਹੋਇਆ ਸੀ ਅਤੇ ਪੂਰੀ ਘਟਨਾ 2014 ਦੀ ਸੀ ਅਤੇ ਹੁਣ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਸਲਵਿੰਦਰ ਸਿੰਘ ਨੂੰ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਗਿਆ ਹੈ। ਅੱਜ ਮਾਨਯੋਗ ਅਦਾਲਤ ਸ਼੍ਰੀ ਪ੍ਰੇਮ ਕੁਮਾਰ ਜੀ ਅਡੀਸ਼ਨਲ ਸੈਸ਼ਨ ਜੱਜ ਗੁਰਦਾਸਪੁਰ ਉਹਨਾਂ ਨੇ ਉਹਨਾਂ ਨੂੰ 376 ਸੀ ਅਤੇ PC ਐਕਟ ਦੇ ਵਿੱਚ ਦੋਸ਼ੀ ਜਿਹੜਾ ਉਹ ਹੈਲਡ ਕਰਦੇ ਹੋਏ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ, ਜਿਹਦੇ ਰਿਗਾਰਡਿੰਗ ਹੁਣ ਜਿਹੜਾ ਸਜ਼ਾ ਦਾ ਐਲਾਨ ਹੋਏਗਾ ਉਹ 21 ਫਰਵਰੀ ਨੂੰ ਹੋਏਗਾ। ਅਤੇ ਇਹ ਮੁਕੱਦਮਾ 2016 'ਚ ਦਰਜ ਹੋਇਆ ਸੀ, ਬਟ ਇਹਦੇ ਵਿੱਚ ਪ੍ਰੋਸੀਕਿਊਸ਼ਨ ਵੱਲੋਂ ਆਪਣੇ 13 ਗਵਾਹ ਭੁਗਤਾਏ, ਜਿਹਦੇ ਬਾਅਦ ਵਿੱਚ ਡਿਫੈਂਸ ਨੂੰ ਮੌਕਾ ਮਿਲਿਆ। ਉਹਨਾਂ ਨੇ ਇਸ ਮੁਕੱਦਮੇ ਦੇ ਵਿੱਚ ਆਪਣੇ ਵੱਲੋਂ 7 ਗਵਾਹ ਭੁਗਤਾਏ ਅਤੇ ਇਸ ਮੁਕੱਦਮੇ ਨੂੰ ਜਿਹੜਾ ਏਅਰਫੋਰਸ 'ਤੇ ਅਟੈਕ ਹੋਇਆ ਸੀ ਉਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਸ ਮੁਕੱਦਮੇ ਦੇ ਵਿੱਚ ਮੈਨੂੰ ਪੁਲਿਸ ਨੇ ਗਲਤ ਤਰੀਕੇ ਨਾਲ ਇਨਵੋਲਵ ਕੀਤਾ ਸੀ, ਪਰ ਮਾਨਯੋਗ ਅਦਾਲਤ ਨੇ ਗਵਾਹਾਂ ਦੀ ਦੇਖਦੇ ਹੋਏ ਅਤੇ ਇਸ ਮੁਕੱਦਮੇ ਨੂੰ ਗੌਰ ਨਾਲ ਵੇਖਦੇ ਹੋਏ ਇਸ ਨੂੰ 376 ਦੇ ਵਿੱਚ ਗਿਲਟੀ ਹੈਲਡ ਕੀਤਾ ਅਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ। ਉੱਥੇ ਇਸ ਮਾਮਲੇ 'ਤੇ ਸ਼ਿਕਾਇਤਕਰਤਾ ਨੇ ਵੀ ਆਪਣੀ ਸੰਤੁਸ਼ਟੀ ਜਤਾਈ ਹੈ। 2016 ਤੋਂ ਬਾਅਦ ਜੁਡੀਸ਼ੀਅਲ 'ਚ ਚੱਲ ਪਿਆ ਕੰਮ, ਇੱਥੇ ਕੋਰਟਾਂ ਦੇ ਆਸਰੇ ਹੀ ਹੁੰਦਾ ਬਾਕੀ ਕੰਮ 'ਤੇ। ਹੁਣ ਮਾਨਯੋਗ ਜੱਜ ਪ੍ਰੇਮ ਕੁਮਾਰ ਨੇ ਫੈਸਲਾ ਦਿੱਤਾ ਜਾ, ਬਹੁਤ ਵਧੀਆ ਵਾ, ਜੋ ਉਹਨਾਂ ਨੂੰ ਸਹੀ ਲੱਗਾ ਤੱਥਾਂ ਦੇ ਆਧਾਰ 'ਤੇ। ਸਜ਼ਾ ਇਹ ਜੱਜ ਸਾਹਿਬ ਦੇ ਹੱਥ 'ਚ ਫੈਸਲਾ, ਜੇ ਅੱਜ ਦੋਸ਼ੀ ਕਰਤਾ ਵਾ ਤਾਂ ਸਜ਼ਾ ਵੀ ਉਹਨੇ ਦੇਣੀ। ਦੱਸ ਦਈਏ ਕਿ SP ਸਲਵਿੰਦਰ ਸਿੰਘ ਦਾ ਨਾਂ ਪਠਾਨਕੋਟ ਅੱਤਵਾਦੀ ਹਮਲੇ 'ਚ ਚਰਚਾ 'ਚ ਆਇਆ ਸੀ, ਜਿਸ ਤੋਂ ਬਾਅਦ SP ਸਵਾਲਾਂ ਦੇ ਘੇਰੇ 'ਚ ਆ ਗਿਆ ਸੀ। ਸਲਵਿੰਦਰ ਸਿੰਘ ਨੇ ਉਸ ਵੇਲੇ ਕਿਹਾ ਸੀ ਕਿ ਉਸਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਅਗਵਾਹ ਕਰ ਲਿਆ ਸੀ। ਇਸ ਮਾਮਲੇ 'ਚ ਕੌਮੀ ਜਾਂਚ ਏਜੰਸੀ NIA ਨੇ ਸਲਵਿੰਦਰ ਕੋਲੋਂ ਪੁੱਛਗਿੱਛ ਕੀਤੀ ਸੀ। ਵਿਵਾਦਾਂ 'ਚ ਘਿਰਨ ਕਰਕੇ ਪੰਜਾਬ ਸਰਕਾਰ ਨੇ ਸਲਵਿੰਦਰ ਸਿੰਘ ਨੂੰ ਜਬਰੀ ਸੇਵਾ ਮੁਕਤ ਕਰ ਦਿੱਤਾ ਸੀ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਈਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ, ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ, ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਿਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ, ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤਾਂ ਕੀ ਰਿਕੁਆਇਰਮੈਂਟ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ।